ਇਸ ਵੇਲੇ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਆਪਣੇ ਸਿੱਧੂ ਮੂਸੇਵਾਲੇ ਲਈ ਯਾਨੀ ਕਿ ਆਪਣੇ ਪੁੱਤ ਸ਼ੋਭਦੀਪ ਲਈ ਭਾਵੁਕ ਸੁਨੇਹਾ ਦਿੱਤਾ ਹੈ ਜੀ ਹਾਂ ਮਾਤਾ ਚਰਨ ਕੌਰ ਨੇ ਸਿੱਧੂ ਮੂਸੇਵਾਲੇ ਦੇ ਵਿਆਹ ਦਾ ਵੀ ਜ਼ਿਕਰ ਕੀਤਾ ਹੈ ਭਾਵੁਕ ਹੋ ਕੇ ਆਪਣੀਆਂ ਅੱਖਾਂ ਵੀ ਭਰ ਲੀਆਂ ਨੇ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਸਾਰੇ ਜਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਕਰਿਓ ਆਪਣੇ ਚੈਨਲ ਦੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨਵਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਸਿੱਧੂ ਦੀ ਵਰਸੀ ਤੋਂ ਪਹਿਲਾਂ ਭਾਵੁਕ ਨੋਟ ਲਿਖ ਦਿੱਤਾ ਹੈ ਬੀਤੇ ਦਿਨੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ ਇਸ ਵੀਡੀਓ ਵਿੱਚ ਉਹਨਾਂ ਵੱਲੋਂ ਸਿੱਧੂ ਨੂੰ ਚਾਉਣ ਵਾਲਿਆਂ ਨੂੰ 19 ਮਾਰਚ ਨੂੰ ਸਿੱਧੂ ਦੀ ਪਹਿਲੀ ਵਰ੍ਹੇਸਵੀਂ ਚ ਪਹੁੰਚਣ ਦੀ ਵੀ ਬੇਨਤੀ ਕੀਤੀ ਸੀ ਸਿੱਧੂ ਦੀ ਪਹਿਲੀ ਵਰ੍ਹੇਸਵੀਂ ਦਾ ਸਮਾਗਮ ਮਾਨਸਾ ਦੀ ਅਨਾਜ ਮੰਡੀ ਵਿਖੇ ਰੱਖਿਆ ਗਿਆ ਹੈ ਉੱਥੇ ਹੁਣ ਸਿੱਧੂ ਦੀ ਮਾਂ ਚਰਨਕੌਰ ਨੇ ਇੱਕ ਭਾਵੁਕ ਸੁਨੇਹਾ ਵੀ ਸਾਂਝਾ ਕੀਤਾ ਹੈ ਚਰਨਕੌਰ ਨੇ ਲਿਖਿਆ ਹੈ ਸ਼ੁਭ ਪੁੱਤ ਕਿੱਥੇ ਐ ਤੂੰ ਮੈਂ ਤੇਰੇ ਵਿਆਹ ਦਾ ਸਹਿਜ ਪਾਠ ਸਾਹਿਬ ਬੜੇ ਚਾ ਨਾਲ ਕਰਵਾਉਣਾ ਸੀ ਪਰ ਬੱਚੇ ਪਰ ਮੈਨੂੰ ਅਫਸੋਸ ਹੈ ਸਾਨੂੰ ਤੇਰੀ ਵਿਦਾਇਗੀ ਦਾ ਪਾਠ ਕਰਵਾਉਣਾ ਪੈ ਰਿਹਾ ਹੈ ਬੱਚੇ ਮੈਨੂੰ ਤੇਰੇ ਤੇ ਸਦਾ ਮਾਣ ਰਹੇਗਾ ਉਹਨਾਂ ਨੇ ਅੱਗੇ ਲਿਖਿਆ ਹੈ ਤੁਸੀਂ ਇੰਨੀ ਦੁਨੀਆ ਦਾ ਪਿਆਰ ਸਾਡੀ ਝੋਲੀ ਪਾ ਕੇ ਗਏ ਹੋ ਕਮੀ ਤਾਂ ਤੁਸੀਂ ਕੋਈ ਛੱਡੀ ਹੀ ਨਹੀਂ ਹੈ ਪਰ ਤੇਰੀ ਘਾਟ ਸਾਡੇ ਹਰ ਪਲ ਹਰ ਸਾਹ ਨਾਲ ਰੜਕਦੀ ਹੈ ਸਾਨੂੰ ਤੇਰੇ ਬਿਨਾਂ ਜਿਉਣਾ ਪੈ ਰਿਹਾ ਹੈ ਇਸ ਗੱਲ ਦਾ ਬਹੁਤ ਵੱਡਾ ਅਫਸੋਸ ਰਹੇਗਾ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਜਿੱਥੇ ਕੁਝ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਕਹੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਹਰ ਕੋਈ ਦੁੱਖ ਸਾਂਝਾ ਕਰ ਰਿਹਾ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਕੁਝ ਖਾਸ-ਖਾਸ ਜਿਹੜੀਆਂ ਗੱਲਾਂ ਕੀਤੀਆਂ ਤੇ ਉਹਨਾਂ ਨੇ ਸਿੱਧੂ ਦੇ ਚਾਉਣ ਵਾਲਿਆਂ ਦਾ ਵੀ ਧੰਨਵਾਦ ਕੀਤਾ ਹੈ ਸਿੱਧੂ ਮੂਸੇਵਾਲੇ ਦੀ ਘਾਟ ਜਿਹੜੀ ਹੈ ਉਹਨਾਂ ਦੇ ਮਾਪਿਆਂ ਨੂੰ ਸਦਾ ਰੜਕਦੀ ਰਹੇਗੀ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਸਿੱਧੂ ਮੂਸੇਵਾਲਾ ਆਪਣੇ ਮਾਤਾ ਪਿਤਾ ਦਾ ਚਹੇਤਾ ਸੀ ਇਕੱਲਾ-ਇਕੱਲਾ ਪੋਤਰ ਸੀ ਜਿਹਨੂੰ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ 29 ਮਈ ਦੀ ਸ਼ਾਮ ਨੂੰ ਸਿੱਧੂ ਦਾ ਕਤਲ ਹੁੰਦਾ ਪਿੰਡ ਜਵਾਹਰਕੇ ਦੇ ਵਿੱਚ ਜਿੱਥੇ ਕੇ ਕਾਤਲ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਤੇ ਹਜੇ ਤੱਕ ਸਿੱਧੂ ਦੇ ਮਾਪਿਆਂ ਨੂੰ ਉਸ ਦਾ ਇਨਸਾਫ ਨਹੀਂ ਦਿੱਤਾ ਗਿਆ ਹੈ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਭਾਵੁਕ ਪੋਸਟਾਂ ਪਹਿਲਾਂ ਵੀ ਲਿਖੀਆਂ ਗਈਆਂ ਨੇ ਸਮਰਥਕਾਂ ਨੂੰ ਮਿਲਣਾ ਤੁਹਾਨੂੰ ਮਿਲਣ ਵਰਗਾ ਹੈ ਲੜਨ ਦੀ ਹਿੰਮਤ ਦਿੰਦਾ ਹੈ ਸਿੱਧੂ ਦੇ ਮਾਪਿਆਂ ਨੇ ਚਾਉਣ ਵਾਲਿਆਂ ਦਾ ਸਿੱਧੂ ਦੇ ਉਹਨਾਂ ਦਾ ਧੰਨਵਾਦ ਕੀਤਾ ਹੈ ਪਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਦੀ ਵਰਸੀ ਮੌਕੇ ਉਹਨਾਂ ਦੇ ਕਈ ਸਮਰਥਕ ਪਹੁੰਚ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਹੋਰ ਵਧਣ ਵਾਲੀ ਹੈ ਅਜਿਹੇ ਦੇ ਵਿੱਚ ਸਮਰਥਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ 19 ਮਾਰਚ ਨੂੰ ਵਰਸੀ ਰੱਖੀ ਗਈ ਹੈ ਵਰਸੀ ਸਮਾਗਮ ਜਿਹੜੇ ਨੇ ਨਵੀਂ ਅਨਾਜ ਮੰਡੀ ਦੇ ਵਿੱਚ ਮਾਨਸਾ ਦੇ ਵਿੱਚ ਹੋਣ ਜਾ ਰਹੇ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮਾਂ ਨੇ ਆਪਣੇ ਬੇਟੇ ਨੂੰ ਯਾਦ ਕਰਦਿਆਂ سوشل ਮੀਡੀਆ ਤੇ ਇੱਕ ਭਾਵੁਕ ਪੋਸਟ ਵੀ ਸ਼ੇਅਰ ਕੀਤੀ ਹੈ। ਕਰੀਬ 10 ਮਹੀਨੇ ਪਹਿਲਾਂ ਆਪਣੇ ਪੁੱਤਰ ਨੂੰ ਗਵਾਉਣ ਵਾਲੀ ਮਾਤਾ ਚਰਨ ਕੌਰ ਦਾ ਕਹਿਣਾ ਹੈ ਕਿ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਦੇਖ ਕੇ ਉਹਨਾਂ ਨੂੰ ਲੜਨ ਦੀ ਹਿੰਮਤ ਮਿਲਦੀ ਹੈ। ਚਰਨਕੌਰ ਨੇ ਪੋਸਟ ਦੇ ਵਿੱਚ ਲਿਖਿਆ ਏ ਕਿ ਅੱਜ ਵੇੜੇ 'ਚ ਬੈਠਾ ਘਰ ਦੇ ਅੰਦਰ ਮੁਰਦਾ ਬਾਪੂ ਨਾਲ ਸਲਾਹ ਕਰਦਾ ਸੀ ਮੇਰੀ ਗੋਦੀ 'ਚ ਸਿਰ ਰੱਖ ਕੇ ਸੌਂਦਾ ਨਵੀਆਂ ਬਣੀਆਂ 17 ਤੇ ਲਿਖतां ਸੁਣਾਉਂਦਾ ਲੇਟ ਘਰ ਆਉਣ ਤੇ ਗਾਲਾਂ ਕੱਢਦਾ ਛੋਟਾ ਗੱਲਾਂ ਤੇ ਛੋਟੀਆਂ ਗੱਲਾਂ ਤੇ ਬਾਪੂ ਨਾਲ ਗੁੱਸਾ ਕਰਨਾ ਤੁਹਾਡੇ ਔਜ਼ਾਰਾਂ ਦੇ ਕੱਪੜੇ ਫੇਰਨਾ ਮੈਂ ਦੇਖਦਾ ਹਾਂ ਕਿ ਤੁਸੀਂ ਸਭ ਕੁਝ ਵਧੀਆ ਕਰਦੇ ਹੋ ਇਸ ਗੱਲ ਨੂੰ ਅਪਣਾਉਂਦੇ ਹੋਏ ਕਿ ਹੁਣ ਅਸੀਂ ਨਹੀਂ ਮਿਲਾਂਗੇ ਇੱਕ ਸਾਲ ਹੋ ਚੁੱਕਿਆ ਹੈ ਪੁੱਤਰ ਇਹ ਮਹਿਸੂਸ ਨਹੀਂ ਹੋਇਆ ਕਿ ਤੁਸੀਂ ਸਾਡੇ ਤੋਂ ਦੂਰ ਹੋ ਗਏ ਹੋ ਘਰ ਆਉਣ ਵਾਲੇ ਹਰ ਸਮਰਥਕ ਵਿੱਚ ਤੁਹਾਨੂੰ ਕਿਸੇ ਹੋਰ ਰੂਪ ਦੇ ਵਿੱਚ ਮਿਲਣ ਵਰਗਾ ਲੱਗਦਾ ਇੰਜ ਲੱਗਦਾ ਹੈ ਕਿ ਜਿਵੇਂ ਤੁਸੀਂ ਮੈਨੂੰ ਮਿਲਣਾ ਰਹੇ ਹੋ ਅਤੇ ਸਾਨੂੰ ਹੌਸਲਾ ਨਾ ਹਾਰਨ ਲਈ ਕਹੋ ਤੁਸੀਂ ਸਹੀ ਸੀ ਪੁੱਤਰ ਤੁਹਾਡੇ ਸਮਰਥਕ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਅਸੀਂ ਤੁਹਾਡੀ ਮੌਜੂਦਗੀ ਨੂੰ ਮਹਿਸੂਸ ਕਰਦੇ ਹਾਂ ਅਤੇ ਸਾਡੇ ਨਾਲ ਰਹਿਣ ਲਈ ਸਾਰੇ ਸਮਰਥਕਾਂ ਦਾ ਧੰਨਵਾਦ ਵੀ ਕਰਦੇ ਹਾਂ ਦੱਸ ਦਈਏ ਕਿ 2 ਦਿਨ ਪਹਿਲਾਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਬੇਟੇ ਦੀ ਵਰਸੀ ਸਮੇ ਉਸ ਤੋਂ ਪਹਿਲਾਂ ਮਨਾਉਣ ਦਾ ਐਲਾਨ ਕੀਤਾ ਸੀ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਦੀ ਵਰਸੀ ਮੌਕੇ ਉਹਨਾਂ ਦੇ ਕਈ ਸਮਰਥਕ ਪਹੁੰਚ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਹੋਰ ਵਧਣ ਵਾਲੀ ਹੈ ਅਜੇਹੇ ਦੇ ਵਿੱਚ ਸਮਰਥਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ 19 ਮਾਰਚ ਨੂੰ ਜਿਹੜਾ ਇਹ ਸਮਾਗਮ ਹੈ ਉਹ ਰੱਖਿਆ ਗਿਆ ਹੈ ਬਿਲਕੁਲ ਇਹ ਸਮਾਗਮ ਜਿਹੜਾ ਹੈ ਇਸੇ ਮੱਦੇ ਨਜ਼ਰ ਰੱਖਿਆ ਗਿਆ ਹੈ ਸੋ ਗੱਲ ਕਰਾਂਗੇ ਜੀ ਹੋਰ ਨਾਲ ਖਾਸ ਖਬਰਾਂ ਦੀ ਇੱਥੇ ਇੱਕ ਵੱਡੀ ਅਪਡੇਟ ਜਿਹੜੀ ਹੈ ਹੋਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜਾਬ ਸਰਕਾਰ ਦੀ ਵਿਧਾਨ ਸਭਾ ਦੇ ਵਿੱਚ ਵਿਰੋਧੀਆਂ ਦੇ ਨਾਲ ਖੜਕਦੀ ਹੋਈ ਤੇ ਸਾਰਿਆਂ ਨੇ ਸੁਣੀ ਹੀ ਹੋਵੇਗੀ ਸੁਖਪਾਲ ਸਿੰਘ ਖੈਰਾ ਦੇ ਨਾਲ ਵੱਡੇ ਪੱਧਰ ਤੇ ਜਿਹੜੀ ਐ ਲੜਾਈ ਹੁਣ ਚਲੀ ਗਈ ਐ ਲੜਾਈ ਝਗੜਾ ਜਿਹੜਾ ਨਿਕਲ ਕੇ ਬਾਹਰ ਆ ਗਿਆ ਏ ਬਿਲਕੁਲ ਸ਼ਰਿਆਮ ਜਿਥੇ ਕਿ ਸੁਖਪਾਲ ਸਿੰਘ ਖੈਰਾ ਦੇ ਨਾਲ ਲੜਾਈ ਝਗੜਾ ਜਿਹੜਾ ਉਹ ਸਾਫ ਦੇਖਦਾ ਪਿਆ ਏ ਹਾਲਾਂਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਇਨਸਾਫ ਨੂੰ ਲੈ ਕੇ ਵੀ ਮੁੱਦਾ ਗੂੰਜਿਆ ਤੇ ਪੰਜਾਬ ਦੇ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਦਾ ਮਾਮਲਾ ਵੀ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਗੂੰਜਣਾ ਕੀਤਾ ਏ ਬਿਲਕੁਲ ਸ਼ਰਿਆਮ ਜੜੀਆਂ ਨੇ ਕੁਝ ਚੀਜ਼ਾਂ ਵਿਧਾਨ ਸਭਾ ਦੇ ਵਿੱਚ ਹੋਈਆਂ ਨੇ ਪਰ ਅਬ ਜਿੱਥੇ ਕਿ ਸੁਖਪਾਲ ਸਿੰਘ ਖਹਿਰਾ ਤੇ ਸੀਐਮ ਭਗਵੰਤ ਮਾਨ ਆਮਣੋ ਸਾਹਮਣੇ ਹੋਏ ਨੇ ਉਸ ਤੋਂ ਬਾਅਦ ਲਗਾਤਾਰ ਜੜੀਆਂ ਕੁਝ ਚੀਜ਼ਾਂ ਨੇ ਉਹ ਸਾਫ਼ ਦਿਖ ਰਹੀਆਂ ਨੇ ਇੱਕ ਦੂਜੇ ਨੂੰ ਧਮਕੀ ਦੇਣਾ ਲਗਾਤਾਰ ਸੁਖਪਾਲ ਸਿੰਘ ਖਹਿਰਾ ਨਾਰਾਜ਼ਗੀ ਜਤਾ ਰਹੇ ਨੇ ਤੇ ਉਹਨਾਂ ਦੀ ਨਾਰਾਜ਼ਗੀ ਜਿਹੜੀ ਹੈ ਸੀਐਮ ਭਗਵੰਤ ਮਾਨ ਦੇ ਨਾਲ ਹੈ ਜੋ ਕਿ ਸਾਫ ਸਾਹਮਣੇ ਵੇਖਿਆ ਜਾ ਸਕਦਾ ਹੈ ਸ ਬਿਲਕੁਲ ਜਿਥੇ ਕਿ ਸ਼੍ਰੀ ਆਮ ਵਿਧਾਨ ਸਭਾ ਦੇ ਵਿੱਚ ਇੱਕ ਦੂਜੇ ਨੂੰ ਟਾਰਗੇਟ ਕਰਨਾ ਇੱਕ ਦੂਜੇ ਦੇ ਉੱਪਰ ਗੱਲਾਂ ਬਾਤਾਂ ਕਰਨੀਆਂ ਨਾਰਾਜ਼ਗੀ ਜਿਹੜੀ ਹੈ ਲਗਾਤਾਰ ਹੈ ਉਂਗਲੀਆਂ ਕਰਕੇ ਗੱਲਾਂ ਕਰਨੀਆਂ ਸੀਐਮ ਭਗਵੰਤ ਮਾਨ ਦਾ ਇਹ ਅੰਦਾਜ਼ ਵਿਰੋਧੀਆਂ ਨੂੰ ਬਿਲਕੁਲ ਵੀ ਨਹੀਂ ਜਚਿਆ ਇਹੋਨਾਂ ਦਾ ਮੰਨਣਾ ਹੈ ਕਿ ਜਿੰਨਾ ਚਿਰ ਸੀਐਮ ਭਗਵੰਤ ਮਾਨ ਮਾਫੀ ਨਹੀਂ ਮੰਗਣਗੇ ਉਹਨਾਂ ਚਿਰ ਅਸੀਂ ਵਿਧਾਨ ਸਭਾ ਦੇ ਵਿੱਚ ਹਾਜ਼ਰ ਨਹੀਂ ਹੋਵਾਂਗੇ ਇਹ ਸਾਰੀ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੁਣਿਲਦੇ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਨਵੇਂ ਨਵੇਂ ਅਪਡੇਟ ਦੇਖਣ ਦੇ ਲਈ ਚੈਨਲ ਦੇ ਨਾਲ ਜੁੜੇ ਰਹੋ ਜੀ